ਭਾਰ ਪਾਉਣ ਵਾਲਾ ਫਸਲ ਤੇ ਆਸਾ ਹੁੰਦੀਆਂ, ਫਸਲਾਂ ਮਰ ਗਈਆਂ ਉੱਥੇ, ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ। ਜਿਹੜੀਆਂ ਤੁਹਾਡੀਆਂ ਇਹ ਮੰਗਾਂ ਮੈਂ ਮਾਨਸਾ ਦੇ ਧਿਆਨ 'ਚ ਪਹਿਲਾਂ ਵੀ ਲਿਆਉਂਦੀਆਂ ਅਤੇ ਦੁਬਾਰਾ ਫਿਰ ਲਿਆਉਂਦਾ, ਮੈਂ 4 ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ, ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ। ਤੁਸੀਂ ਜਦੋਂ ਕੁਰਸੀ 'ਤੇ ਜਾ ਕੇ ਉਸ 'ਤੇ ਆਪਾਂ ਬਹਿ ਜਾਂਦੇ ਹਾਂ, ਉਹ ਕੁਰਸੀ ਜਕੜ ਲੈਂਦੀ ਹੈ, ਉਹ ਕੁਰਸੀ ਕਾਰਪੇਟਾਂ ਦੇ ਹੱਥੀ ਚਲੀ ਜਾਂਦੀ ਹੈ, ਉਹ ਵਿਸ਼ਾ ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦੇਣ ਲੋਕਾਂ ਦੇ ਵਿੱਚ ਵੀ ਮੈਂ ਵਾਕਈ ਆਮ ਘਰ ਦਾ ਮੁੱਦਾ, ਪਰ ਇਹ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ, ਇਹਨੂੰ ਆਕੜੀਆਂ ਲੱਗੀਆਂ ਹੋਈਆਂ, ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ। ਅੱਜ ਤੁਸੀਂ ਐਮ ਪੀ ਹੋ, ਅਸੀਂ ਮੰਨ ਕੇ ਚੱਲ ਰਹੇ ਨਹੀਂ ਨਹੀਂ ਘਰ ਪਾਉਣ ਵਾਲਾ ਫਸਲ 'ਤੇ ਆਸਾਂ ਹੁੰਦੀਆਂ, ਫਸਲਾਂ ਮਰ ਗਈਆਂ ਉੱਥੇ, ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ। ਦੇਖੋ ਜੀ, ਆਪਾਂ ਤੁਹਾਡੇ ਨਾਲ ਹਾਂ, ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ, ਵੀ ਪੂਰੇ ਡਟ ਕੇ ਖੜ੍ਹੇ ਸੀ, ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ, ਹੁਣ ਵੀ ਤੁਹਾਡੇ ਨਾਲ ਹਾਂ, ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂੰਗਾ। ਬਾਕੀ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਮੈਂ ਮਾਨਸਾ ਦੇ ਧਿਆਨ 'ਚ ਪਹਿਲਾਂ ਵੀ ਲਿਆਉਂਦੀਆਂ ਅਤੇ ਦੁਬਾਰਾ ਫਿਰ ਲਿਆਉਂਦਾ, ਮੈਂ 4 ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ, ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ, ਅਤੇ ਜੋ ਦਿਲ ਖੋਲ੍ਹ ਕੇ ਤੁਸੀਂ ਆਪਣੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ। ਨਹੀਂ ਮੰਗਾਂ ਤੁਹਾਨੂੰ ਰੱਖਤੀਆਂ, ਨਹੀਂ ਮੁਆਵਜ਼ਾ ਤੁਸੀਂ ਕਰੋ। ਹੁਣ ਮਾਨ ਸਾਹਿਬ ਤਾਂ ਇਹ ਵੀ ਆਦੇ ਹੁੰਦੇ ਸੀ, ਮਾਨ ਸਾਹਿਬ ਨਾਰਾ ਲਾਉਂਦੇ ਆ ਭਗਤ ਸਿੰਘ ਦੇ ਰਾਹ 'ਤੇ ਚੱਲਿਆ, ਬਹੁਤ ਵਧੀਆ ਗੱਲ ਆ, ਚੱਲਣਾ ਚਾਹੀਦਾ। ਮਾਨ ਸਾਹਿਬ ਨਾਰਾ ਲਾਉਂਦੇ ਆ, ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ, ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ। ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ, ਸਾਮਰਾਜਵਾਦ ਮੁਰਦਾਬਾਦ। ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦੇਣ ਲੋਕਾਂ ਦੇ ਵਿੱਚ ਵੀ ਮੈਂ ਵਾਕਈ ਆਮ ਘਰ ਦਾ ਮੁੰਡਾ, ਪਰ ਇਹ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ, ਇਹਨੂੰ ਹੱਥਕੜੀਆਂ ਲੱਗੀਆਂ ਹੋਈਆਂ, ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ। ਪਰ ਤੁਸੀਂ ਆਹਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ, ਮੀਟਿੰਗ ਇਹ ਦਿਨਾਂ 'ਚ ਤਾਂ ਹੋਣੀ ਨਹੀਂ, ਚੋਣਾਂ ਦੇ ਵਿੱਚ ਬਿਜੀ ਨੇ, ਅਤੇ ਜਿਹਦੇ ਘਰੇ ਕਣਕ ਹੈ ਨਹੀਂ, ਅੱਜ ਦਾਣਾ ਹੈ ਨਹੀਂ, ਉਹ ਕਿੱਧਰ ਨੂੰ ਜਾਣਾ? ਉਹਨਾਂ ਤੱਕ ਇਹ ਗੱਲ ਪਹੁੰਚਾਈ ਵੀ ਇਹ ਦੁਬਾਰਾ ਫਿਰ ਪਹੁੰਚਾ ਦਾਂਗੇ, ਕੋਈ ਨਹੀਂ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ, ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਹੀ ਭਰਾ, ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗੇ। ਤੁਸੀਂ ਸਾਡੇ ਭਰਾ ਹੈ, ਅਸੀਂ ਮੰਨ ਰਹੇ ਹਾਂ, ਪਰ ਤੁਸੀਂ ਜਦੋਂ ਕੁਰਸੀ 'ਤੇ ਜਾ ਕੇ ਉਸ 'ਤੇ ਆਪਾਂ ਬਹਿ ਜਾਂਦੇ ਹਾਂ, ਉਹ ਕੁਰਸੀ ਜਕੜ ਲੈਂਦੀ ਹੈ, ਉਹ ਕੁਰਸੀ ਕਾਰਪੇਟਾਂ ਦੇ ਹੱਕੀ ਚਲੀ ਜਾਂਦੀ ਹੈ, ਉਹ ਵਿਸ਼ਵ ਭਰ। ਜਦੋਂ ਮੇਰੇ ਕੋਲ ਕੁਰਸੀ ਮਿਲੀ, ਤੁਸੀਂ ਮੈਨੂੰ ਇਹ ਸਵਾਲ ਕਰੋ, ਮੈਂ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ? ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ। ਅੱਜ ਤੁਸੀਂ ਐਮ ਪੀ ਹੋ, ਹਾਂਜੀ, ਅਸੀਂ ਮੰਨ ਕੇ ਚੱਲ ਰਹੇ ਹੋਇਆ ਨਹੀਂ ਨਹੀਂ ਤੁਸੀਂ ਅੱਜ ਟਿਕਟ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ, ਠੀਕ ਹੈ, ਅਸੀਂ ਮੰਨਦੇ ਹਾਂ ਇਸ ਚੀਜ਼ ਨੂੰ। ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਹਨਾਂ ਦੇ ਖਾਤੇ 'ਚ ਨਾਲੇ ਮਾਨ ਸਾਹਿਬ ਤਾਂ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ, ਅਤੇ ਖਜ਼ਾਨਾ ਭਰਿਆ ਤਾਂ ਫਿਰ ਵੰਡੋ। 1000 ਰੁਪਇਆ ਆਪਾਂ ਬੀਬੀਆਂ ਦਾ ਵਾਅਦਾ ਕੀਤਾ ਸੀ ਉਹ ਨਹੀਂ ਆਇਆ, 2500 ਪਿਲਸਣਾਂ ਦਾ ਵਾਅਦਾ ਕੀਤਾ ਸੀ ਉਹ ਨਹੀਂ ਆਇਆ। ਜਿਹੜੇ ਇਹ ਬਾਈ ਜੀ ਵਾਅਦੇ ਹੁੰਦੇ ਨੇ ਇਹ 5 ਸਾਲ ਲਈ ਹੁੰਦੇ ਨੇ, ਇੱਕ ਦੋ ਸਾਲ ਲਈ ਤਾਂ ਨਹੀਂ ਹੁੰਦੇ ਨਾ, ਅਜੇ 3 ਸਾਲ ਹੋਰ ਪਏ ਆ। ਜੇ ਮੇਰੀ ਗੱਲ ਸੁਣੋ, ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਆ, ਬਿਜਲੀ ਵੀ ਮੁਫਤ ਹੋਈ ਹੈ, ਕਿੰਨੇ ਵਾਅਦੇ ਪੂਰੇ ਕੀਤੇ ਹੋਏ ਆ, ਰਾਤ ਨੂੰ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਏ, ਪਹਿਲੀਆਂ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ? ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕ ਸਵਾਲ ਹੈ, ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਜੀ। ਤੁਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਮਾਧ ਤੋਂ ਇਹ ਜਥੇਬੰਦੀ ਦੀ ਨੀਂਹ ਰੱਖੀ ਸੀ, ਤੁਰੇ ਸੀ ਪਾਰਟੀ ਜੀ, ਬਹੁਤ ਵਧੀਆ ਸੀ। ਭਗਤ ਸਿੰਘ ਇੱਕ ਕਾਰਪੋਰੇਟ ਘਰਾਣੇ ਦੇ ਖਿਲਾਫ, ਇੱਕ ਬਹੁਰਾਸ਼ਟਰੀ ਕੰਪਨੀਆਂ ਦੇ ਖਿਲਾਫ, ਸਾਮਰਾਜ ਲਟੇਰਿਆਂ ਦੇ ਖਿਲਾਫ ਲੜਿਆ ਸੀ। ਪਰ ਹੋਇਆ ਕੀ ਹੈ, ਆਹ ਜਦੋਂ ਹੁਣ ਦਾਣਾ ਮੰਡੀਆਂ ਚੱਲਦੀਆਂ ਸੀ, ਅਤੇ ਤੁਸੀਂ ਕੀ ਕੀਤਾ, 9 ਮਾਰਕੀਟ ਕਮੇਟੀਆਂ ਖਤਮ ਕਰਤੀਆਂ, ਅਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਦੀਆਂ, ਕੋਈ ਖਤਮ। ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਪਦੇ ਸੰਘਰਸ਼ ਦੇ ਨਾਲ ਤੁਹਾਡਾ ਫੈਸਲਾ ਵਾਪਸ ਕਰਾਉਣਾ ਪਿਆ, ਪਰ ਤੁਸੀਂ ਤੁਰੇ ਉੱਧਰ ਨੂੰ ਹੈ।
ਪਹਿਲਾਂ ਹੀ ਲਿਆ ਗਿਆ ਸੀ ਜੀ, ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ। ਕਰਮਜੀਤ ਬਾਈ ਅਜੇ ਵੀ ਨਹੀਂ, ਇੱਕ ਮਿੰਟ ਸੁਣ ਲਓ, ਕੋਈ ਗੱਲ ਬਿਰਤਪਾਲ ਬਾਈ ਲੋਕ ਹੈ, ਕੋਈ ਗੱਲ ਨਹੀਂ। ਮੈਂ ਤੁਹਾਨੂੰ ਇੱਕ ਸਵਾਲ ਆਦਾ, ਤੁਸੀਂ ਇਸ ਚੀਜ਼ ਨੂੰ ਮੁਆਵਜ਼ੇ ਵਾਲੇ ਨੂੰ, ਪਾਈਪ ਲਾਈਨ ਵਾਲੇ ਨੂੰ ਬਾਈ ਹਲਕੇ ਚਲਾ ਦਿਓ, ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮੁਆਵਜ਼ਾ ਪਾਓ, ਨਹੀਂ ਫਿਰ ਸੰਘਰਸ਼ਾਂ 'ਚ ਆਵਾਂਗੇ, ਤੁਸੀਂ ਮਜਬੂਰ ਨਾ ਕਰੋ।